6 ਮਹੀਨੇ ਹੋ ਗਏ 11 ਮਾਰਚ 2020 ਨੂੰ ਹੋਈ ਸੀ ਮੈਰਿਜ ਹੋਣ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਤੇ ਇਲਜ਼ਾਮ ਲਗਾਤਾ ਕਿ ਤੂੰ ਇੱਕ ਕਿੰਨਰ ਹੈ ਟਰਾਂਸਜੈਂਡਰ ਹੈ ਮੈਨੂੰ ਉਹਨਾਂ ਨੇ ਸਮਾਜ 'ਚ ਟਰਾਂਸਜੈਂਡਰ ਕਹਿ ਕੇ ਬਦਨਾਮ ਕਰਤਾ ਹੋਰ ਮੇਰੇ ਨਾਲ ਉੱਥੇ ਬਹੁਤ ਮਤਲਬ ਕਿ ਤੁਸੀਂ ਸੁਣ ਵੀ ਨਹੀਂ ਸਕਦੇ ਕਿ ਮਾਸੜ ਸਹੁਰੇ ਨੇ ਘਰ ਆਣ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਦਾਈ ਕੋਲ ਮੈਨੂੰ ਲਿਜਾਇਆ ਗਿਆ ਦਾਈ ਨੇ ਮੈਨੂੰ ਬਾਂਝ ਬਣਾਉਣ ਦੀ ਕੋਸ਼ਿਸ਼ ਕੀਤੀ ਫਿਰ ਹੋਰ ਮੇਰੀ ਨਨਾਣ ਨੇ ਮੈਨੂੰ ਕਿੰਨਰ ਬੋਲਿਆ ਮੇਰੀ ਸੱਸ ਤੂੰ ਕਿੰਨਰ ਹੈ ਤੂੰ ਇੱਥੋਂ ਚੱਲ ਜਾ ਅਸੀਂ ਤੂੰ ਬਸ ਆਪਣੇ ਘਰ ਚੱਲ ਜਾ ਮੈਨੂੰ ਉੱਥੋਂ ਕੱਢਦੇ ਸੀਗੇ ਕਿ ਤੂੰ ਚੱਲ ਜਾ ਇਹ ਇਸ ਗੱਲ ਦਾ ਨਹੀਂ ਮੈਨੂੰ ਪਤਾ ਮੈਂ ਇਸੇ ਕਰਕੇ ਇਸ ਪੁਲਿਸ ਸਟੇਸ਼ਨਾਂ 'ਚ ਆਈ ਹਾਂ ਕਿ ਮੈਨੂੰ ਦੱਸੋ ਉਹਨਾਂ ਨੂੰ ਪੇਸ਼ ਕਰੋ ਉਹਨਾਂ ਨੂੰ ਪੇਸ਼ ਹੀ ਨਹੀਂ ਕੀਤਾ ਜਾ ਰਿਹਾ ਇੱਥੇ ਮੇਰੀ ਮਹਿਲਾ ਮੰਡਲ 'ਚ ਲੱਗੀ DSP ਪਰਵਿੰਦਰ ਕੌਰ ਤੇ ਉਹਨਾਂ ਨੇ ਵੀ ਮੇਰੀ ਕੋਈ ਮਦਦ ਨਹੀਂ ਕੀਤੀ ਮੇਰੀ ਮੰਗ ਇਹ ਹੈ ਕਿ ਮੇਰੇ 4 ਦੋਸ਼ੀ ਹੋਰ ਹੈ ਦਾਈ ਮਾਸੜ ਸਹੁਰਾ ਨਨਾਣ ਮੇਰੀ ਮਾਸੀ ਸੱਸ ਜਦੋਂ ਦਾਈ ਕੋ ਮੈਨੂੰ ਬਾਂਝ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਟਾਈਮ ਮੇਰੀ ਮਾਸੀ ਸੱਸ ਵੀ ਨਾਲ ਸੀ ਮੈਂ ਉੱਥੋਂ ਬੜੀ ਮੁਸ਼ਕਲ ਦੌੜੀ ਜਿੱਦਾਂ ਮੈਂ ਆਪਣਾ ਬਚਾਵ ਕੀਤਾ ਮੈਂ ਚਾਹੁੰਦੀ ਹਾਂ ਕਿ 4 ਦਾ ਨਾਮ ਜਿਹੜਾ ਹੈ ਦੋਸ਼ੀਆਂ ਦਾ ਇਹਦੇ ਉੱਤੇ ਵੀ ਪਰਚਾ ਹੋਏ ਅੱਜ ਲੜਕੀ ਇਹ ਕਹਿੰਦੇ ਸੀ ਕਿ ਮੈਨੂੰ ਮੇਰੇ ਸੱਸ ਤੇ ਮੇਰਾ ਪਤੀ ਕਿੰਨਰ ਕਹਿੰਦੇ ਨੇ ਇਸ ਸੰਬੰਧੀ ਉਹਨਾਂ ਨੇ ਲੜਕੀ ਦੀ ਸੱਸ ਨੇ ਕਿਹਾ ਸੀ ਕਿ ਅਸੀਂ ਇਹਨੂੰ ਕਦੇ ਵੀ ਕਿੰਨਰ ਨਹੀਂ ਕਿਹਾ ਤੇ ਨਾ ਹੀ ਕੋਈ ਸਾਨੂੰ ਡਾਕਟਰੀ ਪ੍ਰੂਫ ਦਿੱਤਾ ਇਸ ਸੰਬੰਧੀ ਲੜਕੇ ਨੇ ਕੋਈ ਸਾਨੂੰ ਮੈਡੀਕਲ ਨਹੀਂ ਸੀ ਪੇਸ਼ ਕੀਤਾ ਤੇ ਜਿਹੜੀ ਦਾਜ ਵੱਲੋਂ ਉਹਨੇ ਸਟੇਟਮੈਂਟ ਵਿੱਚ ਲਿਖਾਇਆ ਸੀ ਕਿ ਮੇਰੇ ਕੋਲ ਦਾਜ ਦੀ ਮੰਗ ਕਰਦੇ ਆ ਉਹਦੇ ਖਿਲਾਫ਼ ਅਸੀਂ ਪਰਚਾ ਦਰਜ ਕਰ ਦਿੱਤਾ